ਹੈਲੋ ਦੋਸਤੋ, ਅੱਜ ਗੱਲ ਕਰਾਂਗੇ ਸਵੇਰੇ ਦੀਆਂ 6 ਆਦਤਾਂ ਦੇ ਬਾਰੇ। ਜੇਕਰ ਤੁਸੀਂ ਇਹ 6 ਆਦਤਾਂ ਆਪਦੀ ਜ਼ਿੰਦਗੀ ਦੇ ਵਿੱਚ ਢਾਲ ਲੈਂਦੇ ਹੋ ਤਾਂ ਤੁਹਾਡੀ ਜ਼ਿੰਦਗੀ ਬਦਲਣ ਤੋਂ ਕੋਈ ਵੀ ਨਹੀਂ ਰੋਕ ਸਕਦਾ। ਬੜੀਆਂ ਹੀ ਮਹੱਤਵਪੂਰਨ ਅਤੇ ਚੰਗੀਆਂ ਆਦਤਾਂ ਨੇ ਇਹ। ਸਾਰੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ, ਤੁਹਾਨੂੰ ਬਹੁਤ ਚੰਗੀਆਂ ਚੀਜ਼ਾਂ ਸਿੱਖਣ ਨੂੰ ਜ਼ਰੂਰ ਮਿਲਣਗੀਆਂ, ਇਹ ਮੇਰਾ ਦਾਅਵਾ। ਤਾਂ ਉਹ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ। ਇਸ ਚੀਜ਼ ਨੂੰ ਆਪਾਂ ਇੱਕ ਸਟੋਰੀ ਦੇ ਥਰੂ ਸਮਝਦੇ ਹਾਂ। ਹੈਲ ਐਲਰੋਡ 20 ਸਾਲ ਦੀ ਉਮਰ ਦੇ ਵਿੱਚ ਆਪਦੀ ਕੰਪਨੀ ਦੇ ਟੌਪ ਸੇਲਜ਼ਮੈਨ ਬਣ ਗਏ ਸੀਗੇ। ਉਹਨਾਂ ਦਾ ਰਿਲੇਸ਼ਨਸ਼ਿਪ ਵਧੀਆ ਚੱਲ ਰਿਹਾ ਸੀਗਾ, ਉਹਨਾਂ ਦੀ ਫੈਮਿਲੀ ਹੈਪੀ ਸੀਗੀ, ਉਹ ਆਪਦੀਆਂ ਸਾਰੀਆਂ ਚੀਜ਼ਾਂ ਤੋਂ ਆਪਦੀ ਜ਼ਿੰਦਗੀ ਤੋਂ ਖੁਸ਼ ਸੀਗੇ ਕੁੱਲ ਮਿਲਾ ਕੇ। ਪਰ ਫਿਰ ਇੱਕ ਦਿਨ ਕੀ ਹੁੰਦਾ, ਉਹ ਸਪੀਚ ਦੇ ਕੇ ਜਦੋਂ ਆਪਦੇ ਘਰ ਵੱਲ ਜਾ ਰਹੇ ਹੁੰਦੇ ਆ ਤਾਂ ਉਹਨਾਂ ਦਾ ਇੱਕ ਅਚਾਨਕ ਹੀ ਐਕਸੀਡੈਂਟ ਹੋ ਜਾਂਦਾ। ਇੱਕ ਦਾਰੂ ਪੀਤੀ ਹੋਈ ਵਾਲੇ ਬੰਦੇ ਨੇ ਉਹਨਾਂ ਦੀ ਗੱਡੀ ਦੇ ਵਿੱਚ ਆ ਕੇ ਇੰਨੀ ਜ਼ੋਰ ਦੀ ਟੱਕਰ ਮਾਰੀ ਵੀ ਉਹਨਾਂ ਦਾ ਐਡਾ ਵੱਡਾ ਐਕਸੀਡੈਂਟ ਹੋ ਗਿਆ ਵੀ ਉਹਨਾਂ ਦੀਆਂ ਲੱਤਾਂ ਅਤੇ ਬਾਹਾਂ ਟੁੱਟ ਗਈਆਂ, ਉਹਨਾਂ ਦੇ ਜਿਹੜੇ ਲੰਗਸ ਹੁੰਦੇ ਆ ਉਹ ਪੈਂਚਰ ਹੋ ਗਏ, ਅਤੇ ਹੋਰ ਵੀ ਬਹੁਤ ਸਾਰਾ ਵੱਡਾ ਨੁਕਸਾਨ ਉਹਨਾਂ ਦੇ ਸਰੀਰ ਦਾ ਉਸ ਐਕਸੀਡੈਂਟ ਦੇ ਵਿੱਚ ਹੋਇਆ। ਕਹਿੰਦੇ ਨੇ ਵੀ 6 ਮਿੰਟਾਂ ਦੇ ਵਾਸਤੇ ਉਹ ਉੱਥੇ ਮਰ ਚੁੱਕੇ ਸੀਗੇ। ਉਸ ਤੋਂ ਬਾਅਦ ਜਿਹੜੀ ਪੈਰਾਮੈਡਿਕ ਹੁੰਦੀ ਆ ਉਹਨਾਂ ਨੇ ਆ ਕੇ ਉਹਨਾਂ ਨੂੰ ਰਿਵਾਈਵ ਕੀਤਾ। ਉਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਅਤੇ ਉੱਥੇ ਉਹ 6 ਦਿਨਾਂ ਤੱਕ ਕੋਮਾ ਦੇ ਵਿੱਚ ਰਹੇ। ਉਸ ਤੋਂ ਬਾਅਦ ਉਹਨਾਂ ਨੂੰ ਡਾਕਟਰਾਂ ਨੇ ਦੱਸਿਆ ਵੀ ਤੁਸੀਂ ਪੂਰੀ ਜ਼ਿੰਦਗੀ ਹੁਣ ਤੁਰ ਤੇ ਫਿਰ ਨਹੀਂ ਸਕੋਗੇ। ਅਤੇ ਡਾਕਟਰਾਂ ਦੀਆਂ ਇਹ ਸਾਰੀਆਂ ਗੱਲਾਂ ਸੁਣ ਕੇ ਉਹ ਬਹੁਤ ਜ਼ਿਆਦਾ ਦੁਖੀ ਹੋ ਗਏ ਸੀਗੇ, ਉਹਨਾਂ ਨੂੰ ਇੱਕ ਬਹੁਤ ਵੱਡਾ ਝਟਕਾ ਲੱਗਿਆ ਸੀਗਾ। ਪਰ ਉਹਨਾਂ ਨੇ ਆਪਦੇ ਕਿਸੇ ਬੰਦੇ ਤੋਂ ਇੱਕ ਗੱਲ ਸੁਣੀ ਸੀਗੀ ਵੀ ਜੇਕਰ ਆਪਾਂ ਕਿਸੇ ਨੈਗੇਟਿਵ ਰਿਜ਼ਲਟ ਨੂੰ ਬਦਲ ਨਹੀਂ ਸਕਦੇ ਤਾਂ ਉਹਨੂੰ ਸੋਚ ਕੇ ਆਪਣਾ ਦੁਖੀ ਹੋਣਾ ਤਾਂ ਠੀਕ ਆ, ਪਰ 5 ਮਿੰਟਾਂ ਤੱਕ, ਉਸ ਤੋਂ ਵੱਧ ਨਹੀਂ। ਤੁਸੀਂ ਆਪਦੀ ਜ਼ਿੰਦਗੀ ਦੇ ਵਿੱਚ ਇੱਕ ਰੂਲ ਬਣਾ ਲਓ ਵੀ ਜੇਕਰ ਤੁਹਾਡੇ ਨਾਲ ਕੋਈ ਵੀ ਘਟਨਾ ਬੁਰੀ ਹੁੰਦੀ ਆ ਤਾਂ ਤੁਸੀਂ ਇੱਕ ਟਾਈਮਰ ਲਾ ਲਓ ਵੀ 5 ਮਿੰਟਾਂ ਦੇ ਵਿੱਚ ਤੁਸੀਂ ਰੋਣਾ ਰੋ ਸਕਦੇ ਆ, ਰੌਲਾ ਪਾ ਲਓ, ਜੋ ਵੀ ਤੁਸੀਂ ਕਰਨਾ ਤੁਹਾਡਾ ਮਨ ਕਰਦਾ, ਜਿੱਦਾਂ ਵੀ ਤੁਸੀਂ ਬਿਹੇਵ ਕਰਨਾ ਚਾਹੁੰਦੇ ਹੋ ਤੁਸੀਂ ਕਰ ਸਕਦੇ ਆ, ਪਰ 5 ਮਿੰਟਾਂ ਤੋਂ ਵੱਧ ਨਹੀਂ। ਉਸ ਤੋਂ ਬਾਅਦ ਤੁਸੀਂ ਮੂਵ ਔਨ ਹੋ ਜਾਓ। ਉਸ ਤੋਂ ਬਾਅਦ ਤੁਸੀਂ ਕੋਈ ਪੋਜ਼ਿਟਿਵ ਰਿਜ਼ਲਟ ਦੇ ਬਾਰੇ ਸੋਚ ਸਕਦੇ ਹਾਂ, ਅੱਗੇ ਵਧਣ ਦੇ ਬਾਰੇ ਸੋਚ ਸਕਦੇ ਹਾਂ, ਕਿਉਂਕਿ ਜਿਹੜੀ ਚੀਜ਼ ਨੂੰ ਆਪਾਂ ਬਦਲ ਹੀ ਨਹੀਂ ਸਕਦੇ ਉਹਦੇ ਬਾਰੇ 5 ਮਿੰਟਾਂ ਤੋਂ ਵੱਧ ਬਿਨਾਂ ਗਲਤ ਦੁਖੀ ਹੋਣਾ ਅਤੇ ਆਪਦੀ ਜ਼ਿੰਦਗੀ ਨੂੰ ਖਰਾਬ ਕਰਨਾ ਇਹ ਤਾਂ ਇੱਕ ਬੇਵਕੂਫੀ ਆ। ਜਿਹੜੀ ਚੀਜ਼ ਦੇ ਉੱਤੇ ਆਪਣਾ ਜ਼ੋਰ ਹੀ ਹੈ ਨਹੀਂ, ਜੋ ਚੀਜ਼ ਹੋ ਚੁੱਕੀ ਆ ਉਹਦੇ ਬਾਰੇ ਸੋਚ ਕੇ ਬਿਨਾਂ ਗਲਤ ਦੁਖੀ ਹੋਣਾ ਪਾਗਲਪਨ ਤੋਂ ਸਿਵਾ ਹੋਰ ਕੁਝ ਵੀ ਨਹੀਂ ਹੈਗਾ। ਆਪਣੀ ਜ਼ਿੰਦਗੀ ਨੂੰ ਤੁਸੀਂ ਹੋਰ ਵੀ ਬੁਰੇ ਸਮੇਂ ਵੱਲ ਲੈ ਕੇ ਜਾ ਸਕਦੇ ਹਾਂ ਬਿਨਾਂ ਗਲਤ ਉਸ ਚੀਜ਼ ਨੂੰ ਸੋਚ ਸੋਚ ਕੇ। ਅਤੇ ਜਿਹੜੇ ਹੈਲ ਐਲਰੋਡ ਸੀਗੇ ਉਹਨਾਂ ਨੇ ਉਹ ਗੱਲ ਉਦੋਂ ਚੰਗੀ ਤਰੀਕੇ ਦੇ ਨਾਲ ਯਾਦ ਰੱਖੀ ਸੀਗੀ ਆਪਦੇ ਦਿਮਾਗ ਦੇ ਵਿੱਚ ਬਿਠਾ ਕੇ, ਅਤੇ ਉਹਨਾਂ ਨੇ ਇਹ ਜਿਹੜਾ ਸੇਮ ਰੂਲ ਸੀਗਾ ਉਹ ਅਪਲਾਈ ਕਰ ਦਿੱਤਾ ਅਤੇ ਉਹਨਾਂ ਨੇ ਫਿਕਰ ਕਰਨਾ ਬੰਦ ਕਰਤਾ। ਉਹਨਾਂ ਨੇ ਇਹ ਸੋਚਿਆ ਵੀ 2 ਗੱਲਾਂ ਹੀ ਹੋਣਗੀਆਂ, ਜ਼ਿਆਦਾ ਜਿਵੇਂ ਡਾਕਟਰ ਨੇ ਕਿਹਾ ਵੀ ਮੈਂ ਹਮੇਸ਼ਾ ਵਾਸਤੇ ਚੱਲ ਨਹੀਂ ਸਕੂੰਗਾ, ਜਿਵੇਂ ਹਮੇਸ਼ਾ ਵਾਸਤੇ ਨਾ ਵੀ ਚੱਲ ਸਕੂੰਗਾ ਤਾਂ ਮੈਂ ਦੁਨੀਆ ਦਾ ਸਾਰਿਆਂ ਨਾਲੋਂ ਖੁਸ਼ ਇਨਸਾਨ ਬਣ ਕੇ ਦਿਖਾਊਂਗਾ ਜਿਹਦੇ ਪੈਰ ਨਹੀਂ ਚੱਲਦੇ ਹੋਣਗੇ। ਅਤੇ ਜਾਂ ਫਿਰ ਉਹ ਕਹਿੰਦਾ ਮੈਂ ਜਿਹੜੇ ਡਾਕਟਰ ਆ ਉਹਨਾਂ ਨੂੰ ਗਲਤ ਸਾਬਤ ਕਰ ਦੂੰਗਾ ਅਤੇ ਮੈਂ ਆਪਦੇ ਪੈਰਾਂ ਦੇ ਉੱਤੇ ਦੁਬਾਰੇ ਤੁਰ ਕੇ ਦਿਖਾਊਂਗਾ ਉਹਨਾਂ ਨੂੰ। ਅਤੇ ਇਹ ਦੋਨੇ ਗੱਲਾਂ ਸੋਚਣ ਤੋਂ ਬਾਅਦ ਉਹਨਾਂ ਨੇ ਜਿਹੜੀ ਆਪਦੀ ਸਟ੍ਰੈਸ ਅਤੇ ਟੈਨਸ਼ਨ ਸੀਗੀ ਉਹਨਾਂ ਦੋਨਾਂ ਚੀਜ਼ਾਂ ਨੂੰ ਖਤਮ ਕਰ ਦਿੱਤਾ ਅਤੇ ਉਸੇ ਸਿਚੁਏਸ਼ਨ ਦੇ ਵਿੱਚ ਹਾਸਾ ਮਜ਼ਾਕ ਕਰਨ ਲੱਗ ਗਏ, ਇੱਕ ਦੂਜੇ ਨਾਲ ਹੱਸਣ ਖੇਡਣ ਲੱਗ ਗਏ। ਅਤੇ ਜਦੋਂ ਡਾਕਟਰਾਂ ਨੇ ਉਹਨਾਂ ਨੂੰ ਇਸ ਹਾਲਤ ਦੇ ਵਿੱਚ ਦੇਖਿਆ ਤਾਂ ਉਹਨਾਂ ਨੂੰ ਇਹ ਲੱਗਿਆ ਵੀ ਇਹਨਾਂ ਨੂੰ ਝਟਕਾ ਲੱਗ ਗਿਆ ਵੀ ਜਾਂ ਫਿਰ ਉਹ ਆਪਦੀ ਜਿਹੜੀ ਸੱਚਾਈ ਆ ਉਹਨੂੰ ਐਕਸੈਪਟ ਨਹੀਂ ਕਰਨਾ ਚਾਹੁੰਦੇ, ਪਰ ਅਸਲ ਦੇ ਵਿੱਚ ਵਿੱਚੋਂ ਗੱਲ ਕੋਈ ਹੋਰ ਸੀਗੀ। ਅਤੇ ਉਹਨਾਂ ਦਾ ਜਿਹੜਾ ਇਹ ਪੋਜ਼ਿਟਿਵ ਐਟੀਟਿਊਡ ਸੀਗਾ ਅਤੇ ਇਹ ਜਿਹੜਾ ਉਹ ਖੁਸ਼ ਰਹਿੰਦੇ ਸੀਗੇ ਉਹਦੀ ਵਜ੍ਹਾ ਦੇ ਨਾਲ ਉਹ ਆਪਦੀ ਜਿਹੜੀ ਰਿਕਵਰੀ ਸੀਗੀ ਉਹ ਬੜੇ ਵਧੀਆ ਤਰੀਕੇ ਦੇ ਨਾਲ ਅਤੇ ਤੇਜ਼ੀ ਨਾਲ ਕਰਨ ਲੱਗੇ। ਜਿਹੜੇ ਡਾਕਟਰ ਸੀਗੇ ਉਹ ਵੀ ਉਹਨਾਂ ਦੇ ਇਸ ਰਿਜ਼ਲਟ ਤੋਂ ਯਾਨੀ ਕਿ ਹੈਰਾਨ ਸੀਗੇ ਵੀ ਇੰਨੀ ਜਲਦੀ ਕੋਈ ਬੰਦਾ ਕਿਵੇਂ ਰਿਕਵਰ ਹੋ ਸਕਦਾ। ਅਤੇ ਪੂਰੇ 3 ਹਫ਼ਤਿਆਂ ਤੋਂ ਬਾਅਦ ਉਹਨਾਂ ਨੇ ਜਿਹੜੇ ਡਾਕਟਰ ਸੀਗੇ ਉਹਨਾਂ ਨੂੰ ਗਲਤ ਸਾਬਤ ਕਰਤਾ, ਉਹ ਆਪਦੇ ਪੈਰਾਂ ਦੇ ਉੱਤੇ ਚੱਲਣ ਲੱਗ ਗਏ। ਉਸ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਸਾਰਾ ਕੁਝ ਪਹਿਲਾਂ ਦੇ ਵਾਂਗੂ ਠੀਕ ਹੋ ਗਿਆ। ਉਸ ਤੋਂ ਬਾਅਦ ਉਹ ਆਪਣੀ ਪੁਰਾਣੀ ਜ਼ਿੰਦਗੀ ਦੇ ਵਿੱਚ ਵਾਪਸ ਆ ਗਏ। ਉਸ ਤੋਂ ਬਾਅਦ ਉਹਨਾਂ ਨੇ ਆਪਣੀ ਜਿਹੜੀ ਕੰਪਨੀ ਸੀਗੀ ਉਹਦੇ ਵਿੱਚ ਸੇਲਜ਼ ਦੇ ਕਈ ਜ਼ਿਆਦਾ ਰਿਕਾਰਡ ਉਹ ਤੋੜੇ, ਬਹੁਤ ਵਧੀਆ ਪੈਸਾ ਕਮਾਇਆ।
ਅਤੇ ਉਹਨਾਂ ਨੇ ਵਿਆਹ ਵੀ ਕਰਵਾ ਲਿਆ, ਉਹਨਾਂ ਨੇ ਇੱਕ ਆਪਦਾ ਬਹੁਤ ਵਧੀਆ ਘਰ ਵੀ ਲੈ ਲਿਆ, ਸਾਰਾ ਕੁਝ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਵਧੀਆ ਚੱਲਣ ਲੱਗ ਗਿਆ ਸੀ। ਉਸ ਤੋਂ ਬਾਅਦ 2007 ਅਤੇ 8 ਦੇ ਵਿੱਚ ਇੱਕ ਮਾਰਕੀਟ ਦਾ ਬਹੁਤ ਵੱਡਾ ਕ੍ਰੈਸ਼ ਆ ਗਿਆ ਸੀਗਾ, ਉਹਦੇ ਵਿੱਚ ਜਿਹੜਾ ਉਹਨਾਂ ਦਾ ਬਿਜ਼ਨਸ ਸੀਗਾ ਉਹ ਰਾਤੋਂ ਰਾਤ ਡੁੱਬ ਗਿਆ ਸੀਗਾ, ਅਤੇ ਉਹ ਹਰ ਇੱਕ ਦਿਨ ਦੇ ਨਾਲ ਗਰੀਬ ਅਤੇ ਹੋਰ ਗਰੀਬ ਹੁੰਦੇ ਜਾ ਰਹੇ ਸੀਗੇ। ਉਹ ਦੱਸਦੇ ਨੇ ਵੀ ਉਹ ਜਿਹੜਾ ਉਹਨਾਂ ਦੀ ਜ਼ਿੰਦਗੀ ਦਾ ਫੇਜ਼ ਸੀਗਾ ਉਹ ਸਭ ਤੋਂ ਜ਼ਿਆਦਾ ਮਾੜਾ ਟਾਈਮ ਸੀਗਾ, ਕਿਉਂਕਿ ਉਹਨਾਂ ਦੇ ਨਾਲ ਹਰ ਇੱਕ ਦਿਨ ਮਾੜਾ ਹੋ ਰਿਹਾ ਸੀਗਾ ਅਤੇ ਹਰ ਇੱਕ ਦਿਨ ਦੇ ਨਾਲ ਹੋਰ ਵੀ ਬੁਰਾ ਉਹਨਾਂ ਦੇ ਨਾਲ ਹੁੰਦਾ ਜਾ ਰਿਹਾ ਸੀਗਾ। ਉਹ ਹਰ ਇੱਕ ਦਿਨ ਹੋਰ ਅਤੇ ਹੋਰ ਗਰੀਬ ਹੁੰਦੇ ਜਾ ਰਹੇ ਸੀਗੇ। ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਵਾਈਫ ਹੁੰਦੀ ਹੈ, ਉਹਨਾਂ ਦੀ ਪਤਨੀ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਇੱਕ ਉਹਨਾਂ ਦੇ ਦੋਸਤ ਤੋਂ ਜਾ ਕੇ ਸਲਾਹ ਲੈ ਸਕਦੇ ਹਾਂ, ਜਿਹੜਾ ਕਿ ਇੱਕ ਅਮੀਰ ਬੰਦਾ ਸੀਗਾ ਅਤੇ ਉਹ ਇਸ ਬੁਰੇ ਟਾਈਮ ਦੇ ਵਿੱਚ ਵੀ ਆਪਦੀ ਜ਼ਿੰਦਗੀ ਦੇ ਵਿੱਚ ਸਾਰਾ ਕੁਝ ਵਧੀਆ ਤਰੀਕੇ ਦੇ ਨਾਲ ਹੈਂਡਲ ਕਰ ਰਿਹਾ ਸੀਗਾ। ਅਤੇ ਜਿਹੜੇ ਐਲਰੋਡ ਸੀਗੇ ਉਹ ਉਸ ਦੋਸਤ ਦੇ ਕੋਲ ਗਏ, ਉਹਨਾਂ ਦੇ ਕੋਲ ਜਾ ਕੇ ਉਹਨਾਂ ਨੇ ਕੁਝ ਉਹਨਾਂ ਤੋਂ ਟਿਪਸ ਮੰਗੀਆਂ ਆਪਦੇ ਬਿਜ਼ਨਸ ਦੇ ਵਾਸਤੇ, ਆਪਣੀ ਜ਼ਿੰਦਗੀ ਦੇ ਵਾਸਤੇ, ਅਤੇ ਉਹਨਾਂ ਨੂੰ ਕਿਹਾ ਵੀ ਤੁਸੀਂ ਮੇਰੀ ਸਹਾਇਤਾ ਕਰੋ। ਅਤੇ ਜਿਹੜੇ ਉਹਨਾਂ ਦੇ ਉਹ ਦੋਸਤ ਸੀਗੇ ਉਹਨਾਂ ਨੇ ਉਹਨਾਂ ਨੂੰ ਕਿਹਾ ਵੀ ਤੈਨੂੰ ਬਿਜ਼ਨਸ ਸਟੈਪ ਦੀ ਲੋੜ ਨਹੀਂ ਹੈਗੀ, ਇਸ ਟਾਈਮ ਤੈਨੂੰ ਲੋੜ ਹੈਗੀ ਹੈ ਦੋ ਚੀਜ਼ਾਂ ਦੀ। ਤੂੰ ਹਰ ਰੋਜ਼ ਸੁਬਾਹ ਸਦੇਹਾਂ ਉੱਠ ਅਤੇ ਉੱਠ ਕੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਐਕਸਰਸਾਈਜ਼ ਕਰ, ਉਸ ਤੋਂ ਬਾਅਦ ਤੂੰ ਆਪਣੇ ਆਪ ਦੀ ਜ਼ਿੰਦਗੀ ਨੂੰ ਸੁਧਾਰਨ ਦੇ ਵਾਸਤੇ ਕੋਈ ਵੀ ਸੈਲਫ ਇੰਪਰੂਵਮੈਂਟ ਕਿਤਾਬ ਪੜ੍ਹ। ਅਤੇ ਜਿਹੜੇ ਐਲਰੋਡ ਸੀਗੇ ਉਹਨਾਂ ਨੂੰ ਉਹਨਾਂ ਦੀ ਜਿਹੜੀ ਇਹ ਸਲਾਹ ਸੀਗੀ ਉਹ ਬਿਲਕੁਲ ਵੀ ਚੰਗੀ ਨਹੀਂ ਲੱਗੀ, ਤਾਂ ਕਰਕੇ ਉਹ ਉੱਥੋਂ ਚੁੱਪ ਚਾਪ ਚਲੇ ਗਏ। ਪਰ ਉਹਨਾਂ ਦੇ ਕੋਲ ਹੋਰ ਕੁਝ ਕਰਨ ਨੂੰ ਸੀਗਾ ਵੀ ਨਹੀਂ, ਹੋਰ ਕੁਝ ਉਹ ਕਰ ਵੀ ਨਹੀਂ ਸੀ ਸਕਦੇ, ਇਸ ਕਰਕੇ ਉਹਨਾਂ ਨੇ ਇਹਨਾਂ ਦੋਨਾਂ ਚੀਜ਼ਾਂ ਨੂੰ ਅਜਮਾਉਣ ਦਾ, ਟਰਾਈ ਕਰਕੇ ਦੇਖਣ ਦਾ ਫੈਸਲਾ ਕੀਤਾ। ਇੱਕ ਦਿਮਾਗ ਦੇ ਬੜੇ ਵੱਡੇ ਡਾਕਟਰ ਨੇ, ਉਹਨਾਂ ਨੇ ਵੀ ਇਹ ਗੱਲ ਕਹੀ ਆ ਵੀ ਤੜਕੇ ਉੱਠ ਕੇ ਆਪਦਾ ਇੱਕ ਰਿਚੁਅਲ ਬਣਾ ਲੈਣਾ, ਹਰ ਰੋਜ਼ ਸੁਬਾਹ ਉੱਠ ਕੇ ਆਪਣੀ ਐਕਸਰਸਾਈਜ਼ ਕਰਨੀ, ਕੋਈ ਚੀਜ਼ ਚੰਗੀ ਪੜ੍ਹਨੀ, ਇਹ ਜ਼ਿੰਦਗੀ ਦੇ ਵਿੱਚ ਸਕਸੈਸਫੁਲ ਹੋਣ ਦੇ ਵਾਸਤੇ ਬਹੁਤ ਤੁਹਾਡੇ ਕੰਮ ਆਉਂਦਾ ਇਹ ਚੀਜ਼। ਕਿਉਂਕਿ ਜਿਹੜਾ ਬੰਦਾ ਤੜਕੇ ਦੇ ਟਾਈਮ ਨੂੰ ਜਿੱਤ ਲੈਂਦਾ ਉਹ ਆਪਦੇ ਸਾਰੇ ਦਿਨ ਨੂੰ ਜਿੱਤ ਲੈਂਦਾ, ਕਿਉਂਕਿ ਆਪਣੀ ਜਿਹੜੀ ਮਾਰਨਿੰਗ ਦੀ ਹੈਬਿਟ ਹੁੰਦੀ ਆ ਉਹ ਸ਼ੇਪ ਕਰਦੀ ਆ ਆਪਣੇ ਦਿਮਾਗ ਨੂੰ ਅਤੇ ਸਾਡੇ ਸਰੀਰ ਨੂੰ। ਜੇਕਰ ਆਪਾਂ ਇਹ ਚੀਜ਼ਾਂ ਕਰਾਂਗੇ ਤਾਂ ਆਪਣਾ ਸਾਰਾ ਦਿਨ ਆ ਜਿਹੜਾ ਉਹ ਚੰਗਾ ਜਾਊਗਾ। ਅਤੇ ਫਿਰ ਜਿਹੜੇ ਐਲਰੋਡ ਸੀਗੇ ਉਹਨਾਂ ਨੇ ਇਹ ਫੈਸਲਾ ਲੈ ਲਿਆ ਵੀ ਉਹ ਇਹ ਦੋਨੇ ਚੀਜ਼ਾਂ ਤਾਂ ਕਰਨਗੇ, ਇਹਦੇ ਨਾਲ ਨਾਲ ਉਹ ਦੁਨੀਆਂ ਦੀ ਉਹ ਹਰ ਚੀਜ਼ ਕਰਨਗੇ, ਜਿੰਨੇ ਵੀ ਦੁਨੀਆਂ ਦੇ ਵਿੱਚ ਸਕਸੈਸਫੁਲ ਬੰਦੇ ਨੇ, ਵੀ ਉਹ ਆਪਦੇ ਆਪ ਨੂੰ ਬਿਹਤਰ ਕਰਨ ਦੇ ਵਾਸਤੇ, ਆਪਣੀ ਜ਼ਿੰਦਗੀ ਨੂੰ ਸੁਧਾਰਨ ਦੇ ਵਾਸਤੇ ਅਤੇ ਅੱਗੇ ਵਧਣ ਦੇ ਵਾਸਤੇ ਜਿਹੜੀਆਂ ਵੀ ਚੀਜ਼ਾਂ ਉਹ ਕਰਦੇ ਨੇ ਉਹ ਸਾਰੀਆਂ ਚੀਜ਼ਾਂ ਮੈਂ ਕਰਕੇ ਦੇਖੂੰਗਾ। ਉਹਨਾਂ ਨੇ ਇਹ ਫੈਸਲਾ ਕੀਤਾ ਵੀ ਮੈਂ ਉਹਨਾਂ ਸਾਰੀਆਂ ਚੀਜ਼ਾਂ ਦਾ ਇੱਕ ਰਿਚੁਅਲ ਬਣਾਊਂਗਾ, ਕਹਿਣ ਤੋਂ ਭਾਵ ਵੀ ਮੈਂ ਇੱਕ ਸ਼ਡਿਊਲ ਬਣਾਊਂਗਾ ਅਤੇ ਉਹ ਸ਼ਡਿਊਲ ਦੇ ਵਿੱਚ ਮੈਂ ਉਹ ਸਾਰੀਆਂ ਚੀਜ਼ਾਂ ਕਰਿਆ ਕਰੂੰਗਾ। ਫਿਰ ਉਹਨਾਂ ਨੇ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਸਰਚ ਕਰਨ ਤੋਂ ਬਾਅਦ ਉਹਨਾਂ ਨੂੰ 6 ਆਦਤਾਂ ਮਿਲ ਗਈਆਂ ਸਵੇਰੇ ਦੀਆਂ, ਜਿਨ੍ਹਾਂ ਨੂੰ ਕਿ ਦੁਨੀਆਂ ਦੇ ਜਿਹੜੇ ਸਾਰਿਆਂ ਨਾਲੋਂ ਸਕਸੈਸਫੁਲ ਪੀਪਲ ਨੇ ਉਹ ਆਪਦੀ ਜ਼ਿੰਦਗੀ ਦੇ ਵਿੱਚ ਹਰ ਰੋਜ਼ ਅਪਲਾਈ ਕਰਦੇ ਆ। ਅਤੇ ਜਿਹੜੀਆਂ ਇਹ 6 ਦੀਆਂ 6 ਆਦਤਾਂ ਸੀਗੀਆਂ ਤੜਕੇ ਦੀਆਂ, ਇਹ ਸਾਰੀਆਂ ਬਣੀਆਂ ਹੀ ਇੰਪੈਕਟਫੁਲ ਆਦਤਾਂ ਸੀਗੀਆਂ। ਤਾਂ ਜਿਹੜਾ ਆਥਰ ਆ ਐਲਰੋਡ ਉਹਨਾਂ ਨੇ ਇੱਕ ਸ਼ਡਿਊਲ ਬਣਾ ਕੇ ਇਹ ਆਦਤਾਂ ਨੂੰ ਕਰਨਾ ਸ਼ੁਰੂ ਕਰ ਦਿੱਤਾ। ਜਿਹੜੇ ਟਾਈਮ ਦੇ ਵਿੱਚ ਉਹਨਾਂ ਨੇ ਇਹ ਆਦਤਾਂ ਨੂੰ ਕਰਨਾ ਸ਼ੁਰੂ ਕੀਤਾ ਉਸ ਟਾਈਮ ਉਹ $50,000 ਦੇ ਕਰਜ਼ੇ ਦੇ ਵਿੱਚ ਸੀਗੇ। ਜਿਹੜਾ ਉਹਨਾਂ ਦਾ ਘਰ ਸੀਗਾ ਉਹ ਉਹਨਾਂ ਦੇ ਹੱਥੋਂ ਜਾਣ ਵਾਲਾ ਸੀਗਾ, ਸਰੀਰਕ ਤੌਰ ਦੇ ਉੱਤੇ ਉਹ ਇੰਨੇ ਹੈਲਦੀ ਨਹੀਂ ਸੀਗੇ, ਉਹ ਬੜੇ ਹੀ ਸੈਡ ਸੀਗੇ ਆਪਦੀ ਜ਼ਿੰਦਗੀ ਦੇ ਵਿੱਚ ਅਤੇ ਅਨਹੈਲਦੀ ਸੀਗੇ। ਅਤੇ ਸਾਰੀਆਂ ਆਦਤਾਂ ਨੂੰ ਸ਼ੁਰੂ ਕਰਨ ਤੋਂ ਬਾਅਦ 2 ਕੁ ਮਹੀਨਿਆਂ ਦੇ ਵਿੱਚ ਉਹਨਾਂ ਨੇ ਜਿਹੜਾ ਆਪਦਾ ਕਰਜ਼ਾ ਸੀਗਾ ਉਹ ਲਾਹਤਾ ਸੀਗਾ, ਆਪਦਾ ਜਿਹੜਾ ਉਹਨਾਂ ਦਾ ਘਰ ਸੀਗਾ ਉਹ ਉਹਨਾਂ ਨੇ ਬਚਾ ਲਿਆ ਸੀਗਾ, ਜਿਹੜੀ ਆਪਦੀ ਇਨਕਮ ਸੀਗੀ ਉਹ ਉਹਨਾਂ ਨੇ ਲਗਭਗ ਦੁੱਗਣੀ ਆਯੂ ਕਰ ਲਈ ਸੀਗੀ। ਉਸ ਤੋਂ ਬਾਅਦ ਉਹ ਇੱਕ ਅਲਟਰਾ ਮੈਰਾਥੋਨ ਉਹਦੇ ਵਿੱਚ ਵੀ ਪਾਰਟ ਲੈਂਦੇ ਨੇ, ਉਹਦੇ ਵਿੱਚ ਵੀ ਭੱਜਦੇ ਨੇ ਅਤੇ ਇੱਕ ਬੜੇ ਹੀ ਹੈਲਦੀ ਬਣ ਜਾਂਦੇ ਨੇ। ਹੁਣ ਇੱਥੇ ਇਹ ਗੱਲ ਸੋਚਣ ਵਾਲੀ ਹੈ ਵੀ ਜਿਹੜੇ ਬੰਦੇ ਨੂੰ ਡਾਕਟਰ ਨੇ ਕਹਿ ਤਾ ਸੀਗਾ ਵੀ ਤੂੰ ਜ਼ਿੰਦਗੀ ਭਰ ਤੋਰ ਹੀ ਨਹੀਂ ਸਕੇਗਾ,
ਉਹ ਬੰਦਾ ਅਲਟਰਾ ਮੈਰਾਥੋਨ ਜਿਹੜੇ ਕਿ ਆਮ ਬੰਦੇ ਵੀ ਸ਼ਾਇਦ ਨਾ ਦੌੜ ਸਕਣ, ਉਹਦੇ ਵਿੱਚ ਉਹਨਾਂ ਨੇ ਹਿੱਸਾ ਲਿਆ। ਅਤੇ ਸਾਰੀਆਂ ਚੀਜ਼ਾਂ ਇੰਨੀ ਛੇਤੀ ਹੋਈਆਂ ਵੀ ਜਿਹੜੇ ਔਥਰ ਆ, ਔਥਰ ਦਾ ਮਤਲਬ ਜਿਹੜੇ ਲੇਖਕ ਆ ਇਸ ਕਿਤਾਬ ਦੇ, ਕਿਤਾਬ ਦਾ ਨਾਮ ਹੈਗਾ 6 Miracle Morning Habits, ਉਹ ਵੀ ਹੈਰਾਨ ਹੋ ਗਏ ਸੀਗੇ ਵੀ ਇੰਨੀ ਜਲਦੀ ਇਹ ਸਾਰਾ ਕੁਝ ਕਿਵੇਂ ਹੋ ਗਿਆ। ਇਸੇ ਕਰਕੇ ਉਹਨਾਂ ਨੇ ਇਸ ਕਿਤਾਬ ਦਾ ਨਾਮ ਰੱਖਿਆ ਸੀਗਾ 6 Miracle Morning Habits, ਜਿਹੜੀ ਕਿਤਾਬ ਦੇ ਵਿੱਚੋਂ ਅੱਜ ਆਪਾਂ ਇਹਨਾਂ ਆਦਤਾਂ ਦੇ ਬਾਰੇ ਗੱਲ ਕਰ ਰਹੇ ਹਾਂ। ਹੁਣ ਮੈਂ ਤੁਹਾਨੂੰ ਵੀ ਉਹੀ 6 ਆਦਤਾਂ ਦੱਸੂੰਗਾ ਜਿਹੜੀਆਂ ਤੁਹਾਨੂੰ ਸੁਬਾਹ ਉੱਠਣ ਤੋਂ ਬਾਅਦ ਕਰਨੀਆਂ ਚਾਹੀਦੀਆਂ ਨੇ। ਜਿਹੜੇ ਕਿਤਾਬ ਦੇ ਲੇਖਕ ਨੇ ਉਹਨਾਂ ਨੇ ਇਹ ਸਾਰੀਆਂ ਆਦਤਾਂ ਦਾ ਇੱਕ ਸ਼ੋਰਟ ਫਾਰਮ ਬਣਾਇਆ ਜਿਹਦੇ ਵਿੱਚ ਉਹਨਾਂ ਨੇ ਉਹਦਾ ਨਾਮ ਧਰਿਆ ਸੇਵਰਜ਼। ਇਹਦੇ ਵਿੱਚ ਜਿਹੜਾ ਪਹਿਲਾ ਲੈਟਰ ਆ ਐੱਸ, ਉਹਦਾ ਮਤਲਬ ਹੈਗਾ ਸਾਇਲੈਂਸ। ਤੁਸੀਂ ਮੈਡੀਟੇਸ਼ਨ ਵੀ ਕਰ ਸਕਦੇ ਹਾਂ, ਤੁਸੀਂ ਪ੍ਰੇਅਰ ਯਾਨੀ ਕਿ ਬੇਨਤੀ, ਪ੍ਰਾਰਥਨਾ, ਅਰਦਾਸ ਉਹ ਵੀ ਕਰ ਸਕਦੇ ਹਾਂ। ਕਈ ਲੋਕ ਹੁੰਦੇ ਆ ਤੜਕੇ ਉੱਠਣ ਸਾਰ ਹੀ ਅਖਬਾਰ ਚੱਕ ਲੈਣਗੇ, ਦੁਨੀਆ ਭਰ ਦੀਆਂ ਜਿਹੜੀਆਂ ਪੁੱਠੀਆਂ ਸਿੱਧੀਆਂ ਖਬਰਾਂ, ਲੜਾਈ ਝਗੜੇ ਜਾਂ ਫਿਰ ਜੋ ਵੀ ਬੰਦੇ ਦੇ ਦਿਮਾਗ ਨੂੰ ਅਸ਼ਾਂਤ ਕਰਦੀਆਂ ਚੀਜ਼ਾਂ ਉਹ ਕਰਨ ਲੱਗ ਜਾਣਗੇ, ਜਾਂ ਫਿਰ ਮੋਬਾਈਲ ਦੇ ਉੱਤੇ ਪੁੱਠੀਆਂ ਸਿੱਧੀਆਂ ਚੀਜ਼ਾਂ ਦੇਖਣ ਲੱਗ ਜਾਂਦੇ ਨੇ। ਜਿਹੜੇ ਦੁਨੀਆ ਦੇ ਸਕਸੈਸਫੁਲ ਲੋਕ ਨੇ ਉਹ ਉੱਠਣ ਸਾਰ ਇਹ ਸਾਰੀਆਂ ਚੀਜ਼ਾਂ ਨਹੀਂ ਕਰਦੇ, ਉਹ ਉੱਠਣ ਸਾਰ ਸਾਇਲੈਂਸ ਯਾਨੀ ਕਿ ਸਾਇਲੈਂਟ ਮੋਡ ਦੇ ਉੱਤੇ ਜਾਂਦੇ ਆ। ਉਹ ਆਪਣੇ ਦਿਮਾਗ ਅਤੇ ਆਪਣੀ ਬੋਡੀ ਨੂੰ ਸ਼ਾਂਤ ਕਰਦੇ ਆ, ਜਾਂ ਤਾਂ ਉਹ ਮੈਡੀਟੇਸ਼ਨ ਕਰਦੇ ਆ। ਇਹ ਚੀਜ਼ ਉਹਨਾਂ ਦੀ ਦਿਨ ਦੀ ਜਿਹੜੀ ਸ਼ੁਰੂਆਤ ਹੁੰਦੀ ਆ, ਉਹ ਉਹਨਾਂ ਦੇ ਦਿਮਾਗ ਨੂੰ ਰਿਲੈਕਸ ਰੱਖਦੇ ਹੋਏ ਵਧੀਆ ਇੱਕ ਸ਼ਾਂਤ ਮਾਹੌਲ ਦੇ ਵਿੱਚ ਉਹਨਾਂ ਦਾ ਜਿਹੜਾ ਦਿਨ ਆ ਉਹ ਸ਼ੁਰੂ ਹੁੰਦਾ। ਜਿਹੜੇ ਕਿਤਾਬ ਦੇ ਲੇਖਕ ਨੇ ਪਹਿਲਾਂ ਉਹਨਾਂ ਨੂੰ ਇਹ ਲੱਗਦਾ ਸੀਗਾ ਵੀ ਜਿਹੜੀ ਮੈਡੀਟੇਸ਼ਨ ਆ ਉਹ ਇੱਕ ਸਪਿਰਿਚੁਅਲ ਚੀਜ਼ ਆ, ਵੀ ਉਹਦਾ ਜਿਹੜਾ ਸਕਸੈਸ ਆ ਉਹਦੇ ਵਿੱਚ ਕੋਈ ਵੀ ਰੋਲ ਨਹੀਂ ਹੈਗਾ। ਪਰ ਜਦੋਂ ਉਹਨਾਂ ਨੇ ਇਸ ਚੀਜ਼ ਦੇ ਉੱਤੇ ਰਿਸਰਚ ਕੀਤਾ ਤਾਂ ਉਹਨਾਂ ਨੂੰ ਇਹ ਗੱਲ ਦਾ ਪਤਾ ਲੱਗਿਆ ਵੀ ਜਿਹੜੀ ਮੈਡੀਟੇਸ਼ਨ ਆ ਉਹ ਜਿਹੜੇ ਸਕਸੈਸਫੁਲ ਲੋਕ ਆ ਉਹਨਾਂ ਦੀ ਜਿਹੜੀ ਸਕਸੈਸ ਆ ਉਹਦੇ ਵਿੱਚ ਵੀ ਮੈਡੀਟੇਸ਼ਨ ਦਾ ਬਹੁਤ ਵੱਡਾ ਰੋਲ ਆ। ਦੁਨੀਆ ਦੇ ਇੱਕ ਬਹੁਤ ਹੀ ਰਿਚ ਇਨਸਾਨ ਨੇ, ਉਹ ਆਪਦੀ ਸਕਸੈਸ ਦਾ ਜਿਹੜਾ ਰਾਜ ਆ ਉਹ ਮੈਡੀਟੇਸ਼ਨ ਨੂੰ ਦੱਸਦੇ ਨੇ। ਅਤੇ ਹੋਰ ਵੀ ਬਹੁਤ ਜਿਹੜੇ ਦੁਨੀਆ ਦੇ ਸਕਸੈਸਫੁਲ ਬੰਦੇ ਨੇ ਉਹ ਆਪਣੇ ਦਿਮਾਗ ਨੂੰ ਇੱਕ ਵਧੀਆ ਹੈਲਦੀ ਰੱਖਣ ਦੇ ਵਾਸਤੇ ਅਤੇ ਉਸ ਤੋਂ ਪੂਰਾ ਪੂਰਾ ਕੰਮ ਲੈਣ ਦੇ ਵਾਸਤੇ ਮੈਡੀਟੇਸ਼ਨ ਨੂੰ ਹੀ ਜ਼ਿੰਮੇਵਾਰ ਮੰਨਦੇ ਨੇ। ਤਾਂ ਸਭ ਤੋਂ ਪਹਿਲਾਂ ਤੁਹਾਨੂੰ ਸਵੇਰੇ ਉੱਠ ਕੇ ਮੈਡੀਟੇਸ਼ਨ, ਅਰਦਾਸ, ਬੇਨਤੀ ਜੋ ਵੀ, ਯਾਨੀ ਕਿ ਆਪਣਾ ਜਿਹੜਾ ਮਨ ਆ ਅਤੇ ਆਪਣੀ ਜਿਹੜੀ ਬੋਡੀ ਆ ਉਹਨੂੰ ਸ਼ਾਂਤ ਕਰਨਾ ਚਾਹੀਦਾ। ਉੱਠਣ ਸਾਰ ਇਹ ਨਹੀਂ ਵੀ ਤੁਸੀਂ ਖਬਰਾਂ ਲਾ ਲਈਆਂ, ਉੱਥੇ ਤੁਹਾਨੂੰ ਪਤਾ ਹੀ ਆ ਵੀ ਖਬਰਾਂ ਦੇ ਵਿੱਚ ਹੈ ਨਾ ਹਾਦਸੇ ਦੀ ਗੱਲ ਹੁੰਦੀ ਆ, ਕੋਈ ਨਾ ਕੋਈ ਉਹੋ ਜਿਹੀ ਗੱਲ ਹੁੰਦੀ ਹੈ ਵੀ ਜਿਹੜਾ ਤੁਹਾਡਾ ਦਿਮਾਗ ਆ ਉਹ ਅਸ਼ਾਂਤ ਹੋ ਜਾਂਦਾ ਗਾ। ਇਸ ਤੋਂ ਅਗਲੇ ਆਪਾਂ ਏ ਦੀ ਗੱਲ ਕਰੀਏ, ਉਹਦਾ ਮਤਲਬ ਹੈਗਾ ਆਫਰਮੇਸ਼ਨ। ਜਿਹੜੀ ਆਫਰਮੇਸ਼ਨ ਆ ਇਹ ਇੱਕ ਦੁਨੀਆ ਦੀ ਬਹੁਤ ਪਾਵਰਫੁਲ ਚੀਜ਼ ਆ ਜਿਹਨੂੰ ਬਹੁਤ ਸਕਸੈਸਫੁਲ ਲੋਕ ਆ ਜਿਹੜੇ ਉਹ ਫੋਲੋ ਕਰਦੇ ਨੇ, ਇਸ ਚੀਜ਼ ਦੀ ਵਰਤੋਂ ਕਰਦੇ ਨੇ। ਆਫਰਮੇਸ਼ਨ ਨੂੰ ਪੰਜਾਬੀ ਦੇ ਵਿੱਚ ਆਪਾਂ ਜੇ ਡੀਕੋਡ ਕਰੀਏ ਇਹਦਾ ਮਤਲਬ ਹੁੰਦਾ ਵੀ ਇੱਕ ਸਟੇਟਮੈਂਟ, ਜਿਹੜੀ ਗੱਲ ਆਪਾਂ ਆਪਦੇ ਆਪ ਨੂੰ ਵਾਰੀ ਵਾਰੀ ਪੋਜ਼ੀਟਿਵ ਵੇ ਦੇ ਵਿੱਚ ਬੋਲਦੇ ਹਾਂ। ਜਿਵੇਂ ਆਪਾਂ ਕਿਸੇ ਗੱਲ ਨੂੰ ਕਹਿੰਦੇ ਹਾਂ ਵੀ ਮੈਂ ਇਹ ਚੀਜ਼ ਕਰੂੰਗਾ, ਤਾਂ ਜਦੋਂ ਥੋੜ੍ਹਾ ਸਮਾਂ ਲੰਘ ਜਾਂਦਾ ਤਾਂ ਉਹ ਚੀਜ਼ ਜਿਹੜਾ ਆਪਣਾ ਦਿਮਾਗ ਹੁੰਦਾ, ਜਿਹੜਾ ਆਪਣਾ ਸਬਕੌਨਸ਼ੀਅਸ ਮਾਈਂਡ ਹੁੰਦਾ, ਉਹ ਉਸ ਗੱਲ ਨੂੰ ਸੱਚ ਮੰਨਣ ਲੱਗ ਜਾਂਦਾ ਅਤੇ ਉਸ ਤੋਂ ਬਾਅਦ ਉਹਦੇ ਪੋਜ਼ੀਟਿਵ ਰਿਜ਼ਲਟ ਆਉਣ ਲੱਗ ਜਾਂਦੇ ਆ। ਜਿਹੜੀ ਗੱਲ ਆਪਾਂ ਆਪਣੇ ਆਪ ਨੂੰ ਬੋਲਦੇ ਹੁੰਦੇ ਹਾਂ ਆਪਾਂ ਉਸੇ ਤਰੀਕੇ ਦੇ ਬਣਨ ਲੱਗ ਜਾਂਦੇ ਹਾਂ। ਉਦਾਹਰਣ ਦੇ ਤੌਰ 'ਤੇ ਆਪਾਂ ਸਮਝੀਏ ਵੀ ਜੇਕਰ ਤੁਸੀਂ ਆਪਣੇ ਆਪ ਨੂੰ ਇਹ ਬੋਲੋਗੇ ਵੀ ਮੈਂ ਇੱਕ ਕੌਨਫੀਡੈਂਟ ਇਨਸਾਨ ਹਾਂ, ਮੈਂ ਇੱਕ ਕੌਨਫੀਡੈਂਟ ਇਨਸਾਨ ਹਾਂ, ਜੇਕਰ ਤੁਸੀਂ ਇਹ ਚੀਜ਼ ਵਾਰੀ ਵਾਰੀ ਆਪਣੇ ਆਪ ਨੂੰ ਬੋਲੋਗੇ ਤਾਂ ਜਿਹੜਾ ਤੁਹਾਡਾ ਸਬਕੌਨਸ਼ੀਅਸ ਮਾਈਂਡ ਆ ਉਹਦੇ ਵਿੱਚ ਇਹ ਗੱਲ ਇੱਕ ਟਾਈਮ ਬੈਠ ਜਾਊਗੀ ਅਤੇ ਉਹਨੂੰ ਇਸ ਗੱਲ ਦੇ ਉੱਤੇ ਯਕੀਨ ਹੋ ਜਾਊਗਾ ਅਤੇ ਉਸ ਤੋਂ ਬਾਅਦ ਤੁਸੀਂ ਆਪਦੀ ਜ਼ਿੰਦਗੀ ਦੇ ਵਿੱਚ ਸੱਚਮੁੱਚ ਇੱਕ ਕੌਨਫੀਡੈਂਸ ਪਰਸਨ ਬਣ ਜਾਊਂਗੇ। ਇਸ ਤੋਂ ਅਗਲੀ ਚੀਜ਼ ਜਿਹੜੀ ਹੈਗੀ ਹੈ ਵੀ, ਉਹਦਾ ਮਤਲਬ ਹੈਗਾ ਵਿਜੂਲਾਈਜੇਸ਼ਨ। ਜਿਵੇਂ ਆਪਾਂ ਅਫਰਮੇਸ਼ਨ ਦੀ ਗੱਲ ਕੀਤੀ ਆ ਉਹਦੇ ਵਿੱਚ ਆਪਾਂ ਆਪਣੇ ਆਪ ਨੂੰ ਬੋਲਦੇ ਹਾਂ ਵੀ ਮੈਂ ਇਹ ਚੀਜ਼ ਕਰਨੀ ਆ ਤਾਂ ਉਸ ਤੋਂ ਬਾਅਦ ਜਿਹੜਾ ਆਪਣਾ ਸਬਕੌਨਸ਼ੀਅਸ ਮਾਈਂਡ ਹੁੰਦਾ ਉਹ ਉਸ ਗੱਲ ਨੂੰ ਮੰਨ ਲੈਂਦਾ
ਅਤੇ ਆਪਾਂ ਉਸ ਤਰੀਕੇ ਦੇ ਬਣਨ ਲੱਗ ਜਾਂਦੇ ਹਾਂ। ਇਹ ਉਹਦੇ ਨਾਲ ਸਿਮੀਲਰ ਆ, ਇਹਦੇ ਵਿੱਚ ਆਪਾਂ ਆਪਦੇ ਦਿਮਾਗ ਦੇ ਵਿੱਚ ਉਹੋ ਜਿਹੀਆਂ ਇਮੇਜਾਂ, ਉਹੋ ਜਿਹੀਆਂ ਫੋਟੋਆਂ ਤਿਆਰ ਕਰਨੀਆਂ ਆਪਦੇ ਦਿਮਾਗ ਦੇ ਨਾਲ, ਵੀ ਜਿਹੜੀਆਂ ਚੀਜ਼ਾਂ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਹਾਸਲ ਕਰਨਾ ਚਾਹੁੰਦੇ ਹਾਂ, ਉਹਨਾਂ ਚੀਜ਼ਾਂ ਦੀ ਜਿਹੜੀ ਤਸਵੀਰ ਆ, ਉਹਨਾਂ ਚੀਜ਼ਾਂ ਦੀ ਜਿਹੜੀ ਫੋਟੋ ਆ, ਉਹ ਤੁਸੀਂ ਆਪਣੇ ਦਿਮਾਗ ਦੇ ਵਿੱਚ ਤਿਆਰ ਕਰੋ, ਤਾਂ ਇੱਕ ਸਮੇਂ ਤੋਂ ਬਾਅਦ ਉਹ ਚੀਜ਼ਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਸੱਚ ਹੋਣ ਲੱਗ ਜਾਣਗੀਆਂ, ਤੁਸੀਂ ਉਸ ਸਕਸੈਸ, ਉਸ ਸਫਲਤਾ ਦੇ ਵੱਲ ਵਧਣਾ ਸ਼ੁਰੂ ਕਰ ਦਿਓਗੇ। ਇਹ ਚੀਜ਼ ਜਿਹੜੇ ਕਿਤਾਬ ਦੇ ਲੇਖਕ ਨੇ ਉਹਨਾਂ ਨੇ ਇਸ ਤਰੀਕੇ ਦੇ ਨਾਲ ਮਹਿਸੂਸ ਕੀਤੀ ਵੀ ਜਦੋਂ ਉਹ ਮੈਰਾਥੋਨ ਭੱਜਣ ਤੋਂ ਪਹਿਲਾਂ ਪ੍ਰੈਕਟਿਸ ਕਰਨ ਦੇ ਵਾਸਤੇ ਜਾਂਦੇ ਸੀਗੇ ਤਾਂ ਉਹਨਾਂ ਨੂੰ ਕਾਫੀ ਪਰੇਸ਼ਾਨੀ ਹੋਣ ਲੱਗੀ ਸੀਗੀ। ਉਸ ਤੋਂ ਬਾਅਦ ਉਹਨਾਂ ਨੇ ਪ੍ਰੈਕਟਿਸ ਕਰਨ ਤੋਂ ਪਹਿਲਾਂ 1 ਘੰਟਾ ਇਹ ਚੀਜ਼ ਨੂੰ ਇਮੈਜਿਨ ਕਰਨਾ ਸ਼ੁਰੂ ਕੀਤਾ, ਆਪਦੀ ਜਿਹੜੀ ਦਿਮਾਗ ਆ ਉਹਦੇ ਵਿੱਚ ਇਹਨਾਂ ਚੀਜ਼ਾਂ ਦੀਆਂ ਫੋਟੋਆਂ ਤਿਆਰ ਕਰਨੀਆਂ ਸ਼ੁਰੂ ਕੀਤੀਆਂ। ਉਹਨਾਂ ਨੇ ਇਹ ਸੋਚਿਆ ਵੀ ਮੈਂ ਪ੍ਰੈਕਟਿਸ ਕਰ ਰਿਹਾ, ਮੈਂ ਆਪਦੇ ਜਿਹੜੇ ਬੂਟ ਆ ਉਹਨਾਂ ਦੇ ਫੀਤੇ ਬੰਨਦਾਗਾ, ਵੀ ਮੈਂ ਪ੍ਰੈਕਟਿਸ ਕਰਨ ਤੋਂ ਬਾਅਦ ਬਹੁਤ ਵਧੀਆ ਮਹਿਸੂਸ ਕਰਦਾ, ਅਤੇ ਸਾਰੀਆਂ ਚੀਜ਼ਾਂ ਤੋਂ ਬਾਅਦ ਜਿਹੜੀ ਉਹਨਾਂ ਦੀ ਪ੍ਰੈਕਟਿਸ ਕਰਨਾ ਉਹ ਉਹਨਾਂ ਦੇ ਵਾਸਤੇ ਬਹੁਤ ਸੌਖਾ ਹੋ ਗਿਆ। ਇਹ ਚੀਜ਼ ਉਹਨਾਂ ਨੇ ਆਪਦੀ ਜ਼ਿੰਦਗੀ ਦੇ ਵਿੱਚ ਕਰਕੇ ਅਤੇ ਅਜਮਾ ਕੇ ਦੇਖੀ। ਇਸੇ ਤਰੀਕੇ ਦੇ ਨਾਲ ਤੁਸੀਂ ਆਪਦੀ ਜ਼ਿੰਦਗੀ ਦੇ ਵਿੱਚ ਬਹੁਤ ਚੀਜ਼ਾਂ ਨੂੰ ਹਾਸਲ ਕਰਨ ਦੇ ਵਾਸਤੇ ਇਸ ਟੈਕਨੀਕ ਦਾ, ਆਪਦੇ ਜਿਹੜੇ ਦਿਮਾਗ ਆ ਉਹਦੇ ਵਿੱਚ ਫੋਟੋਆਂ ਤਿਆਰ ਕਰ ਸਕਦੇ ਹਾਂ ਅਤੇ ਸਫਲਤਾ ਦੇ ਵੱਲ ਜਾ ਸਕਦੇ ਹਾਂ। ਅਗਲਾ ਜਿਹੜਾ ਅੱਖਰ ਆਉਂਦਾ ਉਹ ਹੈਗਾ ਈ। ਈ ਦਾ ਮਤਲਬ ਹੈਗਾ ਐਕਸਰਸਾਈਜ਼। ਤੜਕੇ ਸੁਬਹਾ ਸਵੇਰੇ ਐਕਸਰਸਾਈਜ਼ ਕਸਰਤ ਕਰਨ ਦੇ ਬਹੁਤ ਜ਼ਿਆਦਾ ਚੰਗੇ ਜਿਹੜੇ ਰਿਜ਼ਲਟ ਨੇ, ਉਹਦੇ ਨਾਲ ਜਿਹੜਾ ਆਪਣਾ ਦਿਮਾਗ ਹੈ ਉਹਦੇ ਵਿੱਚ ਜਿਹੜੀ ਆਕਸੀਜਨ ਆ ਉਹ ਵਧੀਆ ਤਰੀਕੇ ਦੇ ਨਾਲ ਚੰਗੀ ਮਾਤਰਾ ਦੇ ਵਿੱਚ ਪਹੁੰਚਦੀ ਆ, ਅਤੇ ਜਿਹੜੀ ਆਪਣੀ ਥਿੰਕਿੰਗ, ਆਪਣੀ ਸੋਚਣ ਦੀ ਜਿਹੜੀ ਸ਼ਕਤੀ ਆ ਉਹ ਕਲੀਅਰ ਹੁੰਦੀ ਆ, ਆਪਣੀ ਜਿਹੜੀ ਬੋਡੀ ਆ ਉਹ ਸਾਰੀ ਫਰੈਸ਼ ਹੋ ਜਾਂਦੀ ਆ, ਸਰੀਰ ਆ ਜਿਹੜਾ ਤਰੋ ਤਾਜ਼ਾ ਹੋ ਜਾਂਦਾ, ਅਤੇ ਤੁਹਾਨੂੰ ਦਿਮਾਗੀ ਤੌਰ 'ਤੇ ਅਤੇ ਤੁਹਾਨੂੰ ਸਰੀਰਕ ਤੌਰ ਦੇ ਉੱਤੇ ਵਧੀਆ ਮਹਿਸੂਸ ਹੁੰਦਾ ਹੈ। ਅਤੇ ਜਿਹੜੇ ਇਸ ਕਿਤਾਬ ਦੇ ਲੇਖਕ ਨੇ ਉਹਨਾਂ ਨੇ ਇਹ ਨਹੀਂ ਕਿਹਾ ਵੀ ਤੁਸੀਂ ਤੜਕੇ ਉੱਠ ਕੇ 1 ਘੰਟਾ ਜਿੰਮ ਦੇ ਵਿੱਚ ਕਸਰਤ ਕਰਕੇ ਆਓ। ਉਹ ਇਹ ਕਹਿੰਦੇ ਨੇ ਵੀ ਚਾਹੇ ਤੁਸੀਂ ਉੱਠ ਕੇ 1 ਜਾਂ 2 ਮਿੰਟ ਜੇਕਰ ਤੁਸੀਂ ਕੋਈ ਵੀ ਕਸਰਤ ਕਰੋਗੇ, ਮੰਨ ਲਓ ਤੁਸੀਂ ਜੰਪਿੰਗ ਕਰਨ ਲੱਗ ਗਏ ਜਾਂ ਰਨਿੰਗ ਕਰਨ ਲੱਗ ਗਏ, 5 ਮਿੰਟ 10 ਮਿੰਟਾਂ ਦੀ ਰਨਿੰਗ ਜਾਂ ਫਿਰ ਇਸ ਤੋਂ ਘੱਟ ਟਾਈਮ ਦੀ ਵੀ ਕਰੋਗੇ, ਕੁਝ ਵੀ ਕਰੋਗੇ, ਤਾਂ ਤੁਸੀਂ ਐਨਰਜੀ ਦੇ ਵਿੱਚ, ਤੁਸੀਂ ਆਪਦੀ ਜਿਹੜੀ ਸੋਚਣ ਦੀ ਸ਼ਕਤੀ ਆ ਉਹਦੇ ਵਿੱਚ ਇੱਕ ਕਲੀਅਰਟੀ ਨੂੰ ਮਹਿਸੂਸ ਕਰੋਗੇ। ਇਹ ਸਾਰੀਆਂ ਚੀਜ਼ਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਜਿਹੜੀ ਕਲੀਅਰਟੀ ਆ ਅਤੇ ਜਿਹੜੀ ਤੁਹਾਡੀ ਜ਼ਿੰਦਗੀ ਦੇ ਵਿੱਚ ਐਨਰਜੀ ਆ ਉਹ 10 ਗੁਣਾ ਵੱਧ ਜਾਊਗੀ ਨੋਰਮਲ ਰੂਟੀਨ ਦੇ ਨਾਲੋਂ। ਅਤੇ ਜਿਹੜਾ ਅਗਲਾ ਆਰ ਹੈਗਾ ਉਹਦਾ ਮਤਲਬ ਹੈਗਾ ਰੀਡਿੰਗ, ਬੁੱਕ ਰੀਡਿੰਗ। ਤੁਹਾਨੂੰ ਕਿਤਾਬ ਪੜ੍ਹਨੀ ਚਾਹੀਦੀ ਆ, ਤੁਹਾਨੂੰ ਅਖਬਾਰ ਜਾਂ ਫਿਰ ਉਹੋ ਜਿਹੀਆਂ ਕਿਤਾਬਾਂ ਨਹੀਂ ਪੜ੍ਹਨੀਆਂ ਚਾਹੀਦੀਆਂ ਜਿਨ੍ਹਾਂ ਦੇ ਵਿੱਚ ਕੋਈ ਵੀ ਆਪਣੀ ਜਿਹੜੀ ਸੈਲਫ ਜਾਣੀ ਕਿ ਜ਼ਿੰਦਗੀ ਆ ਉਹਨੂੰ ਸੁਧਾਰਨ ਦੇ ਵਾਸਤੇ ਕੁਝ ਵੀ ਨਹੀਂ ਹੁੰਦਾ। ਤੁਹਾਨੂੰ ਉਹੋ ਜਿਹੀਆਂ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਜਿਹੜੀਆਂ ਕਿ ਤੁਹਾਡੀ ਜ਼ਿੰਦਗੀ ਨੂੰ ਸੁਧਾਰ ਸਕਣ, ਜਿਨ੍ਹਾਂ ਦੇ ਵਿੱਚ ਕੁਝ ਸਿੱਖਣ ਨੂੰ ਹੁੰਦਾ। ਉਹੋ ਜਿਹੀਆਂ ਕਿਤਾਬਾਂ ਤੁਹਾਨੂੰ ਸੁਬਹਾ ਪੜ੍ਹਨੀਆਂ ਚਾਹੀਦੀਆਂ, ਜਿਹੜੀਆਂ ਕਿਤਾਬਾਂ ਤੁਹਾਡੀ ਨੌਲੇਜ, ਤੁਹਾਡੀ ਇੰਟੈਲੀਜੈਂਸ, ਤੁਹਾਡਾ ਜਿਹੜਾ ਦਿਮਾਗ ਦਾ ਲੈਵਲ ਆ ਉਹਨਾਂ ਸਾਰੀਆਂ ਚੀਜ਼ਾਂ ਨੂੰ ਇੰਪਰੂਵ ਕਰਨ, ਉਹੋ ਜਿਹੀਆਂ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ। ਅਤੇ ਜਿਹੜਾ ਲਾਸਟ ਅੱਖਰ ਆ ਉਹ ਹੈਗਾ ਐੱਸ, ਉਹਦਾ ਮਤਲਬ ਹੈਗਾ ਸਕ੍ਰਾਈਬਿੰਗ। ਸਕ੍ਰਾਈਬਿੰਗ ਦਾ ਮਤਲਬ ਹੈਗਾ ਲਿਖਣਾ। ਤੁਹਾਨੂੰ ਇੱਕ ਕਾਪੀ ਦੇ ਉੱਤੇ ਲਿਖਣਾ ਚਾਹੀਦਾ ਆਪਣੇ ਸੁਪਨਿਆਂ ਨੂੰ, ਆਪਣੇ ਟਾਰਗੇਟਾਂ ਨੂੰ। ਲਿਖਣ ਦੇ ਨਾਲ ਕੋਈ ਤਾਂ ਕਮਾਲ ਦੀ ਚੀਜ਼ ਹੁੰਦੀ ਆ ਜੋ ਕਿ ਤੁਹਾਡੇ ਸੁਪਨਿਆਂ ਨੂੰ, ਤੁਹਾਡੇ ਜਿਹੜੇ ਟਾਰਗੇਟ ਨੇ ਉਹਨਾਂ ਨੂੰ ਅਸਲ ਜ਼ਿੰਦਗੀ ਦੇ ਵਿੱਚ ਪਾਉਣ ਦੇ ਵਾਸਤੇ ਬਹੁਤ ਸਹਾਇਤਾ ਕਰਦੀ ਆ। ਇੱਕ ਦੁਨੀਆ ਦੇ ਬੜੇ ਹੀ ਬਿਲੀਨੀਅਰ ਜਾਣੀ ਕਿ ਰਿਚ ਇਨਸਾਨ ਨੇ, ਉਹਨਾਂ ਨੇ ਇਹ ਚੀਜ਼ ਕਹੀ ਆ ਵੀ ਤੁਸੀਂ ਆਪਦੇ ਕੋਲ ਇੱਕ ਪੈੱਨ ਅਤੇ ਕਾਪੀ ਰੱਖੋ, ਜਦੋਂ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਕੋਈ ਵੀ ਚੀਜ਼ ਇੱਦਾਂ ਦੀ ਮਹਿਸੂਸ ਹੁੰਦੀ ਆ ਵੀ ਜੋ ਚੰਗੀ ਆ, ਨੌਲੇਜਬਲ ਆ, ਕੋਈ ਵੀ ਆਈਡੀਆ, ਤੁਸੀਂ ਉਸਨੂੰ ਲਿਖ ਸਕਦੇ ਹਾਂ। ਅਤੇ ਉਹਨਾਂ ਨੇ ਜਿਹੜੀ ਉਹਨਾਂ ਦੀ ਸਫਲਤਾ, ਉਹ ਸਾਰੀ ਸਫਲਤਾ ਦਾ ਜਿਹੜਾ ਸ਼੍ਰੇਅ ਆ ਉਹ ਇਸ ਚੀਜ਼ ਨੂੰ ਦਿੱਤਾ। ਇੱਕ ਤਾਂ ਜਿਹੜਾ ਮੋਬਾਈਲ ਹੁੰਦਾ ਉਹਦੇ ਨਾਲ ਬਹੁਤ ਜ਼ਿਆਦਾ ਬਿਹਤਰ ਹੁੰਦੀ ਆ ਫਿਜ਼ੀਕਲ ਬੁੱਕ, ਦੂਜਾ ਤੁਸੀਂ ਆਪਦੀ ਜ਼ਿੰਦਗੀ ਦੇ ਵਿੱਚ ਹਰ ਰੋਜ਼ ਥੋੜ੍ਹਾ ਜਿਹਾ ਸਮਾਂ ਕੱਢ ਕੇ ਜੋ ਵੀ ਤੁਹਾਡੇ ਦਿਮਾਗ ਦੇ ਵਿੱਚ
ਥੋਟ ਜੋ ਵੀ ਤੁਹਾਡੇ ਦਿਮਾਗ ਦੇ ਵਿੱਚ ਚੀਜ਼ਾਂ ਚੱਲ ਰਹੀਆਂ ਉਹਨਾਂ ਨੂੰ ਤੁਸੀਂ ਲਿਖ ਸਕਦੇ ਹਾਂ ਅਤੇ ਆਪਣਾ ਜਿਹੜਾ ਦਿਮਾਗ ਆ ਉਹਨੂੰ ਕਲੀਅਰ ਕਰ ਸਕਦੇ ਹਾਂ। ਜਿਹੜਾ ਕੁਝ ਤੁਸੀਂ ਅਗਲੇ ਦਿਨ ਕਰਨਾ ਉਸ ਚੀਜ਼ ਦੇ ਬਾਰੇ ਵੀ ਤੁਸੀਂ ਕਿਤਾਬ ਦੇ ਵਿੱਚ ਲਿਖ ਸਕਦੇ ਹਾਂ। ਤੁਸੀਂ ਆਪਦੀ ਜ਼ਿੰਦਗੀ ਦੇ ਵਿੱਚ ਕੀ ਕਰਨਾ ਚਾਹੁੰਦੇ ਹੋ ਉਹ ਸਾਰੀਆਂ ਚੀਜ਼ਾਂ ਜੇਕਰ ਤੁਸੀਂ ਲਿਖੋਗੇ ਤਾਂ ਤੁਸੀਂ ਇੱਕ ਦਿਨ ਐਕਸਪੈਰੀਮੈਂਟ ਦੇ ਤੌਰ 'ਤੇ ਇਸ ਚੀਜ਼ ਨੂੰ ਕਰਕੇ ਦੇਖ ਸਕਦੇ ਹਾਂ ਤਾਂ ਤੁਹਾਨੂੰ ਚੰਗਾ ਮਹਿਸੂਸ ਹੋਵੇਗਾ। ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਚੰਗੀ ਲੱਗੀ, ਤੁਹਾਡੀ ਜ਼ਿੰਦਗੀ ਦੇ ਵਿੱਚ ਮੈਂ ਕੋਈ ਵੀ ਜਿਹੜੀ ਵੈਲਿਊ ਆ ਉਹਨੂੰ ਐਡ ਕੀਤਾ, ਤਾਂ ਤੁਸੀਂ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਕਰ ਸਕਦੇ ਹਾਂ। ਧੰਨਵਾਦ।